ਉਹ ਦੋਸਤੋ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮਾਨਸੂਨ ਦੀ ਸਾਇੰਸ ਦੇ ਉੱਤੇ ਔਰ ਆ ਮਾਨਸੂਨ ਦਾ ਪ੍ਰੀਡਿਕਸ਼ਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਇਹਨਾਂ ਦੀ ਭਵਿੱਖਬਾਣੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਔਰ ਇਹਨਾਂ ਦਾ ਇੰਪੈਕਟ ਕੀ ਹੁੰਦਾ ਹੈ, ਇਹਨਾਂ ਦਾ ਲੋਕਾਂ ਦੇ ਉੱਤੇ ਅਸਰ ਕੀ ਹੁੰਦਾ ਹੈ। ਦਰਅਸਲ ਇੰਡੀਆ ਦੇ ਵਿੱਚ ਮਾਨਸੂਨ ਹਰ ਸਾਲ ਆਉਂਦੇ ਨੇ ਔਰ ਬਰਸਾਤ ਮਾਨਸੂਨ ਦਾ ਹੀ ਨਤੀਜਾ ਹੁੰਦਾ ਹੈ ਔਰ ਇਹਨਾਂ ਇੰਡੀਆ ਦੇ ਵਿੱਚ ਜਿਹੜੀ ਬਰਸਾਤ ਆਉਂਦੀ ਆ ਉਸ ਬਰਸਾਤ ਨੂੰ ਮਾਨਸੂਨ ਆਖਿਆ ਜਾਂਦਾ ਹੈ। ਮਾਨਸੂਨ ਬਹੁਤ ਹੀ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਮਾਨਸੂਨ ਦੇ ਕਰਕੇ ਹੀ ਬਰਸਾਤ ਹੁੰਦੀ ਆ ਔਰ ਖੇਤੀ ਹੁੰਦੀ ਹੈ ਔਰ ਇਹਨਾਂ ਦੇ ਕਰਕੇ ਹੀ ਆਪਣੀਆਂ ਨਦੀਆਂ 'ਚ ਪਾਣੀ ਆਉਂਦਾ ਹੈ, ਆਪਣੇ ਰਿਜ਼ਰਵਾਇਰਸ ਤਲਾਅ ਭਰਦੇ ਨੇ। ਮਾਨਸੂਨ ਕਿੱਦਣ ਆਉਣੇ ਆ, ਕਿੱਦਾਂ ਕਿੰਨੇ ਆਉਣੇ ਆ, ਕੀ ਬਰਸਾਤ ਘੱਟ ਹੋਊਗੀ, ਕੀ ਬਰਸਾਤ ਜ਼ਿਆਦਾ ਹੋਊਗੀ, ਆਹ ਸਭ ਦਾ ਭਵਿੱਖਬਾਣੀ ਕਰਨ ਲਈ ਸਾਇੰਟਿਸਟ ਬਹੁਤ ਸਾਰੇ ਟੂਲਸ ਦਾ ਉਪਯੋਗ ਕਰਦੇ ਨੇ, ਬਹੁਤ ਸਾਰੇ ਕੰਪਿਊਟਰਸ ਦਾ ਉਪਯੋਗ ਕਰਦੇ ਨੇ ਔਰ ਬਹੁਤ ਸਾਰੇ ਡਾਟਾ ਨੂੰ ਐਕਸੈਸ ਕਰਦੇ ਨੇ, ਉਹਦੇ ਬਾਅਦ ਹੀ ਪ੍ਰੋਡਿਕਸ਼ਨ ਦਿੰਦੇ ਨੇ, ਉਹਦੇ ਬਾਅਦ ਹੀ ਭਵਿੱਖਬਾਣੀ ਕਰਦੇ ਨੇ ਕਿ ਮਾਨਸੂਨ ਕਿੱਦਣ ਆਉਣੇ ਆ ਔਰ ਕਿੰਨੀ ਬਾਰਿਸ਼ ਆਉਣ ਵਾਲੀ ਹੈ। ਆਹ ਜਿਹੜੀ ਭਵਿੱਖਬਾਣੀ ਕੀਤੀ ਜਾਂਦੀ ਹੈ ਇਹਨੂੰ ਵੈਦਰ ਫੋਰਕਾਸਟਿੰਗ ਆਖਦੇ ਨੇ ਔਰ ਇਹ ਵੈਦਰ ਫੋਰਕਾਸਟਿੰਗ ਕਿਸਾਨਾਂ ਦੇ ਵਾਸਤੇ ਕਾਫੀ ਮਦਦਗਾਰ ਹੁੰਦੀ ਆ ਕਿਉਂਕਿ ਕਿਸਾਨ ਵੈਦਰ ਫੋਰਕਾਸਟਿੰਗ ਦੇ ਕਰਕੇ ਹੀ ਆ ਪਲਾਨ ਕਰ ਸਕਦੇ ਆ ਕਿ ਕਿਹੜੀ ਫਸਲ ਕਿੱਦਣ ਬੀਜਣੀ ਆ ਜਾਂ ਫਿਰ ਜਿਹੜੇ ਲੋਕ ਸਿਟੀਆਂ 'ਚ ਰਹਿੰਦੇ ਆ ਜਾਂ ਜਿਹੜੇ ਲੋਕ ਸਿਟੀਆਂ ਨੂੰ ਮੈਨੇਜ ਕਰਦੇ ਆ ਉਹ ਇਸ ਲਈ ਰੇਡੀ ਹੋ ਸਕਦੇ ਨੇ ਕਿ ਕਿੱਦਣ ਜ਼ਿਆਦਾ ਬਰਸਾਤ ਆਊਗੀ ਜਾਂ ਕਿੱਦਣ ਬਾੜ ਆ ਸਕਦੀ ਆ ਔਰ ਉਹ ਬਾੜ ਤੋਂ ਬਚ ਸਕਦੇ ਨੇ ਅਤੇ ਇਹ ਸਭ ਉਹ ਪਾਉਂਦਾ ਹੈ ਵੈਦਰ ਫੋਰਕਾਸਟਿੰਗ ਦੀ ਮਦਦ ਨਾਲ, ਸਾਇੰਸ ਦੀ ਮਦਦ ਨਾਲ। ਜਦੋਂ ਵੀ ਮਾਨਸੂਨ ਆਉਂਦੇ ਆ ਇਹ ਕਾਫੀ ਵੱਡੇ ਏਰੀਏ 'ਚ ਕਾਫੀ ਜ਼ਿਆਦਾ ਲੋਕਾਂ ਨੂੰ ਅਫੈਕਟ ਕਰਦੇ ਨੇ। ਮਾਨਸੂਨ ਦੇ ਕਈ ਫਾਇਦੇ ਹੁੰਦੇ ਨੇ ਜਿੱਦਾਂ ਕਿ ਇਹਦੇ ਨਾਲ ਜੋ ਆਪਣੇ ਆਸ ਪਾਸ ਦਾ ਤਾਪਮਾਨ ਹੁੰਦਾ ਹੈ, ਟੈਂਪਰੇਚਰ ਹੁੰਦਾ ਹੈ ਉਹ ਥੱਲੇ ਚਲਿਆ ਜਾਂਦਾ ਹੈ, ਉਹਦੇ ਨਾਲ ਠੰਡਕ ਮਹਿਸੂਸ ਹੁੰਦੀ ਆ ਔਰ ਆਪਾਂ ਨੂੰ ਚੰਗਾ ਲੱਗਦਾ ਹੈ। ਮਾਨਸੂਨ ਦੇ ਫਾਇਦਿਆਂ ਦੇ ਨਾਲ ਨਾਲ ਕੁਛ ਨੁਕਸਾਨ ਵੀ ਹੈ, ਜਿੱਦਾਂ ਕਿ ਅਗਰ ਜ਼ਿਆਦਾ ਬਰਸਾਤ ਹੋ ਜਾਏ ਤਾਂ ਬਾੜ ਆ ਸਕਦੀ ਆ, ਲੈਂਡਸਲਾਈਡਿੰਗ ਹੋ ਸਕਦੀ ਆ, ਪਹਾੜਾਂ ਤੋਂ ਪੱਥਰ ਡਿੱਗਣ ਲੱਗ ਜਾਂਦੇ ਨੇ, ਮਿੱਟੀ ਖਿਸਕਣ ਲੱਗ ਜਾਂਦੀ ਆ ਔਰ ਜ਼ਿਆਦਾ ਬਰਸਾਤ ਹੋਣ ਨਾਲ ਮਿੱਟੀ ਦਾ ਕਟਾਵ ਵੀ ਹੋ ਜਾਂਦਾ ਹੈ ਜਿਹਦੇ ਨਾਲ ਕਿ ਕਾਫੀ ਉਪਜਾਊ ਮਿੱਟੀ ਖੇਤਾਂ 'ਚੋਂ ਚਲੀ ਜਾਂਦੀ ਆ ਔਰ ਖੇਤਾਂ ਨੂੰ ਬਰਬਾਦ ਕਰ ਦਿੰਦੀ ਆ ਅਗਰ ਬਾਰਿਸ਼ ਜ਼ਿਆਦਾ ਹੋ ਜਾਵੇ ਤਾਂ। ਦੋਸਤੋ ਇੱਦਾਂ ਹੀ ਬਹੁਤ ਸਾਰੇ ਬੇਸਿਕ ਗੱਲਾਂ ਹੈ ਜੋ ਮਾਨਸੂਨ ਨੂੰ ਕਾਫੀ ਉਪਯੁਕਤ ਬਣਾਉਂਦੀਆਂ ਹੈ ਜਾਂ ਮਾਨਸੂਨ ਨੂੰ ਕਾਫੀ ਫਾਇਦੇਮੰਦ ਬਣਾਉਂਦੀਆਂ। ਤੋ ਸਭ ਤੋਂ ਵੱਡੀ ਗੱਲ ਆ ਕਿ ਅਗਰ ਮਾਨਸੂਨ ਨਹੀਂ ਆਉਣਗੇ ਤਾਂ ਬਰਸਾਤ ਨਹੀਂ ਹੋਊਗੀ, ਬਰਸਾਤ ਨਹੀਂ ਹੋਊਗੀ ਤਾਂ ਫਸਲਾਂ ਨਹੀਂ ਹੋਣਗੀਆਂ, ਫਸਲਾਂ ਨਹੀਂ ਹੋਣਗੀਆਂ ਤਾਂ ਆਪਾਂ ਕੁਛ ਅਨਾਜ ਨਹੀਂ ਖਾ ਸਕਦੇ, ਆਪਣੇ ਦੇਸ਼ ਦੀ ਇਕੋਨੋਮੀ ਨਹੀਂ ਵੱਧ ਸਕਦੀ। ਇਹਨਾਂ ਸਭ ਚੀਜ਼ਾਂ ਵਾਸਤੇ ਮਾਨਸੂਨ ਬਹੁਤ ਜ਼ਰੂਰੀ ਆ। ਔਰ ਜਿੱਦਾਂ ਆਪਾਂ ਗੱਲ ਕੀਤੀ ਕਿ ਮਾਨਸੂਨ ਦਾ ਪ੍ਰੋਡਿਕਸ਼ਨ, ਤਾਂ ਮਾਨਸੂਨ ਦਾ ਪ੍ਰੋਡਿਕਸ਼ਨ ਸੈਟੇਲਾਈਟਸ ਦੇ ਕਰਕੇ ਹੁੰਦਾ ਹੈ, ਮੈਟਰੋਲੋਜਿਸਟ ਦੇ ਕਰਕੇ ਹੁੰਦਾ ਹੈ, ਕੰਪਿਊਟਰ ਮਾਡਲਸ ਦੇ ਕਰਕੇ ਹੁੰਦਾ ਹੈ ਔਰ ਹਿਸਟੋਰੀਕਲ ਡਾਟਾ ਦੀ ਮਦਦ ਨਾਲ ਹੁੰਦਾ ਹੈ, ਜਿਹਦੇ ਨਾਲ ਕਿ ਸਾਇੰਟਿਸਟ ਇਹ ਨਤੀਜੇ 'ਤੇ ਪਹੁੰਚ ਸਕਦੇ ਆ ਕਿ ਮਾਨਸੂਨ ਕਿੱਦਾਂ ਹੁੰਦੇ ਆ। ਆਹ ਕੋਈ ਇੰਨਾ ਸੌਖਾ ਕੰਮ ਨਹੀਂ ਗਾ, ਬਹੁਤ ਹੀ ਕਠਿਨ ਜਟਿਲ ਦਿੱਕਤ ਹੁੰਦੀ ਆ ਜਿਹਨਾਂ ਨੂੰ ਸੋਲਵ ਕਰਕੇ ਹੀ ਕੋਈ ਵੀ ਸਾਇੰਟਿਸਟ ਆ ਨਤੀਜੇ 'ਤੇ ਪਹੁੰਚਦੇ ਆ ਕਿ ਕਿੱਦਾਂ ਮਾਨਸੂਨ ਆਉਣਾ ਹੈ ਔਰ ਕਿੰਨੀ ਬਾਰਿਸ਼ ਹੋਣੀ ਆ। ਜ਼ਰੂਰੀ ਨਹੀਂ ਕਿ ਹਮੇਸ਼ਾ ਉਹਨਾਂ ਦਾ ਦੱਸਿਆ ਪ੍ਰੋਡਿਕਸ਼ਨ ਸਹੀ ਹੋਵੇ, ਕਈ ਵਾਰ ਸਹੀ ਹੁੰਦਾ ਹੈ, ਕਈ ਵਾਰ ਗਲਤ ਹੁੰਦਾ ਹੈ, ਪਰ ਅਧਿਕਤਰ ਸਹੀ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ। ਮਾਨਸੂਨ ਨਾਲ ਕਾਫੀ ਲੋਕਾਂ 'ਤੇ ਖੇਤੀਬਾੜੀ 'ਤੇ ਔਰ ਦੇਸ਼ ਦੀ ਇਕੋਨੋਮੀ 'ਤੇ ਬਹੁਤ ਹੀ ਜ਼ਿਆਦਾ ਇਫੈਕਟ ਹੁੰਦਾ ਹੈ। ਮਾਨਸੂਨ ਦੇ ਕਰਕੇ ਹੀ ਫਸਲਾਂ ਹੁੰਦੀਆਂ ਨੇ, ਮਾਨਸੂਨ ਦੇ ਕਰਕੇ ਹੀ ਕਿਸਾਨ ਆ ਪਤਾ ਕਰ ਸਕਦੇ ਨੇ ਕਿ ਕਿੱਦਣ ਬਰਸਾਤ ਆਉਣੀ ਆ, ਕਿੰਨੀ ਮਾਤਰਾ 'ਚ ਆਉਣੀ ਆ, ਏਅਰ ਕੀ ਕਿੰਨੀ ਬਰਸਾਤ ਹੋਣ ਵਾਲੀ ਆ, ਅਤੇ ਉਸ ਹਿਸਾਬ ਨਾਲ ਉਹ ਪਲਾਨ ਕਰ ਸਕਦੇ ਆ ਕਿ ਜ਼ਿਆਦਾ ਬਰਸਾਤ ਹੋਊਗੀ ਤਾਂ ਝੋਨੇ ਦੀ ਖੇਤੀ ਕਰਨੀ ਆ ਜਾਂ ਫਿਰ ਘੱਟ ਬਰਸਾਤ ਹੋਊਗੀ ਤਾਂ ਦੂਜੀਆਂ ਫਸਲਾਂ ਕਰਨੀਆਂ ਆ ਜਿੱਦਾਂ ਸੋਇਆਬੀਨ ਆ ਜਾਂ ਹੋਰ ਕੋਈ ਫਸਲ ਹੈ। ਇੱਦਾਂ ਹੀ ਮਾਨਸੂਨ ਦੇ ਪ੍ਰੋਡਿਕਸ਼ਨ ਨਾਲ ਹੀ ਆਪਾਂ ਅਗਲੀ ਫਸਲ ਦੀ ਵੀ ਤਿਆਰੀ ਕਰ ਸਕਦੇ ਹਾਂ ਕਿ ਅਗਰ ਬਾਰਿਸ਼ ਜ਼ਿਆਦਾ ਹੈ ਤਾਂ ਆਪਾਂ ਕਣਕ ਬੀਜਣੀ ਆ ਜਾਂ ਫਿਰ ਬਾਰਿਸ਼ ਘੱਟ ਆ ਅਤੇ ਆਪਾਂ ਨੂੰ ਸਰ੍ਹੋਂ ਜਾਂ ਦੂਜੀਆਂ ਫਸਲਾਂ ਬੀਜਣੀਆਂ ਹੈ ਜਿਨ੍ਹਾਂ 'ਚ ਪਾਣੀ ਦੀ ਉਪਯੋਗਤਾ ਬਹੁਤ ਕੰਮ ਲੱਗਦੀ ਆ। ਮਾਨਸੂਨ ਦੇ ਕਰਕੇ ਕੁਛ ਨੁਕਸਾਨ ਵੀ ਹੁੰਦੇ ਨੇ ਜਿੱਦਾਂ ਕਿ ਜ਼ਿਆਦਾ ਮਾਨਸੂਨ ਹੋਣ ਨਾਲ
बहुत सारे एरिया दे विच बाढ़ आ जाती है, जिहड़े पहाड़ी एरिया उत्थों मिट्टी खिसकदी आ, पत्थर खिसकदे ने, और उहदे नाल रोड ब्लॉक हो जांदे आ और काफ़ी ट्रांसपोर्ट दी रिलेटड दिक्कतां हो जांदियां ने। ते दोस्तो अज्ज आपां इस पॉडकास्ट दे विच गल कीती कि मानसून की हुंदे ने, उहनां दा इंपैक्ट की हुंदा है और मानसून दे की फायदे ने की नुकसान ने। सानू लगदा है ये पॉडकास्ट तुहाडे नूं काफ़ी चंगा लग्या होगा। अगर चंगा लग्या है तो इस पॉडकास्ट नूं फॉलो करो, वध तो वध लोगों नाल शेयर करो। फिर मिलते हैं नवी जानकारी ना अगले किसी साइंस की नॉलेज नाल।